31 ਜਨਵਰੀ ਦੀ ਲਾਸਟ ਡੇਟ ਹੈ ਜੀ। 31 ਜਨਵਰੀ ਤੱਕ ਆ ਕੇ ਫਿਰ ਸਾਡੇ ਕੋਲ ਫਾਰਮ ਭਰ ਕੇ ਸਕਦੇ ਆ, ਉਸ ਤੋਂ ਪਿੱਛੋਂ ਅਸੀਂ ਸ਼ੋਰਟ ਲਿਸਟ ਕਰਾਂਗੇ। ਇਹਦੇ ਵਿੱਚ 4 ਜਿਹੜੇ CM ਅਵਾਰਡ ਦੇਵਾਂਗੇ, ਇੱਕ ਜਿਹੜਾ ਬਹੁਤ ਵਧੀਆ ਮੱਝ ਪਾਲਕ ਫੈਲੋ ਫਾਰਮਿੰਗ ਕਰਦੇ ਹੋ ਉਹਨਾਂ ਨੂੰ ਦੇਵਾਂਗੇ, ਫਿਸ਼ ਫਾਰਮਰ ਨੂੰ ਦੇਵਾਂਗੇ, ਡਿਗਰੀ ਵਾਲੇ ਆ ਜਿਹੜੇ ਆਪਣੇ ਸੂਰ ਪਾਲਕ ਹੈ ਇੱਕ ਉਹਨਾਂ ਨੂੰ ਦੇਵਾਂਗੇ, ਇੱਕ ਅਸੀਂ ਬੱਕਰੀ ਪਾਲਕ। ਇਹ ਜਿਹੜਾ CM ਅਵਾਰਡ ਹੈ ਇਸ ਕਰਕੇ ਦਿੰਦੇ ਹਾਂ ਅਸੀਂ, ਜਿਹੜਾ ਕਿਸਾਨ ਹੈ ਉਹਨੇ ਪਸ਼ੂ ਰੱਖੇ ਹੁੰਦੇ ਆ ਅਤੇ ਉਹ ਆਪ ਆਪਣੇ ਪਸ਼ੂਆਂ 'ਤੇ ਆਪਣੇ ਘਰਾਂ 'ਚ ਕੰਮ ਕਰਦੇ ਹੁੰਦੇ ਆ। ਪੰਜਾਬ ਦੇ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕਿਸਾਨੀ ਨੂੰ ਅਤੇ ਖਾਸ ਕਰਕੇ ਸਹਾਇਕ ਧੰਦਿਆਂ ਨੂੰ ਵੱਧ ਤੋਂ ਵੱਧ ਪ੍ਰਫੁੱਲਿਤ ਕਰਨ ਲਈ CM ਪੰਜਾਬ ਬੈਸਟ ਕਿਸਾਨ ਅਵਾਰਡ ਦੀ ਤਰਜੀਹ ਰੱਖੀ ਗਈ ਹੈ, ਜੋ ਕਿ ਲੁਧਿਆਣਾ ਦੀ ਗੁਰੂ ਅੰਗਦ ਦੇ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿੱਚ ਲੱਗਣ ਵਾਲੇ ਕਿਸਾਨ ਮੇਲੇ ਦੇ ਦੌਰਾਨ ਐਲਾਨੀ ਜਾਵੇਗੀ। ਕਿਸਾਨ ਮੇਲੇ ਦੇ ਵਿੱਚ ਸਾਲ ਦੇ ਵਿੱਚ 2 ਵਾਰੀ ਮਾਰਚ ਅਤੇ ਸਤੰਬਰ ਮਹੀਨੇ ਦੇ ਵਿੱਚ ਇਹ ਮੇਲਾ ਲੱਗੇਗਾ। ਮਾਰਚ ਵਿੱਚ ਹੋਣ ਵਾਲੇ ਕਿਸਾਨ ਮੇਲੇ ਲਈ ਕਿਸਾਨ ਅਵਾਰਡ ਹਾਸਿਲ ਕਰਨ ਲਈ 31 ਜਨਵਰੀ ਤੱਕ ਅਪਲਾਈ ਕਰ ਸਕਦੇ ਨੇ, ਜਿਸ ਸੰਬੰਧੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਜਾ ਕੇ ਮਾਮੂਲੀ ਜਿਹੀ ਫੀਸ ਦੇ ਕੇ ਆਪਣੀ ਖੇਤੀ ਸੰਬੰਧੀ ਅਵਾਰਡ ਲੈਣ ਲਈ ਰਜਿਸਟਰ ਕਰ ਸਕਦੇ ਨੇ। ਉੱਧਰ ਇਸ ਸੰਬੰਧ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਜਿਹੜੇ CM ਅਵਾਰਡ ਹੈ ਇਹ ਸਾਡੀ ਯੂਨੀਵਰਸਿਟੀ ਵੱਲੋਂ ਦੇਣ ਵਾਲਾ ਸਭ ਤੋਂ ਵੱਡਾ ਅਵਾਰਡ ਹੈ ਜਿਹੜਾ ਅਸੀਂ ਕਿਸਾਨਾਂ ਨੂੰ ਦਿੰਦੇ ਹਾਂ। ਹਰ ਸਾਲ ਸਾਡੇ 2 ਪਸ਼ੂ ਪਾਲਣ ਮੇਲੇ ਹੁੰਦੇ ਆ, ਇੱਕ ਮਾਰਚ ਦੇ ਵਿੱਚ ਅਤੇ ਇੱਕ ਸਪਟੈਂਬਰ ਦੇ ਵਿੱਚ। ਇਹ ਜਿਹੜਾ CM ਅਵਾਰਡ ਹੈ ਇਸ ਕਰਕੇ ਦਿੰਦੇ ਹਾਂ ਅਸੀਂ ਕਿ ਜਿਹੜਾ ਕਿਸਾਨ ਹੈ ਉਹਨੇ ਪਸ਼ੂ ਰੱਖੇ ਹੁੰਦੇ ਆ ਅਤੇ ਉਹ ਆਪ ਆਪਣੇ ਪਸ਼ੂਆਂ 'ਤੇ ਆਪਣੇ ਘਰਾਂ 'ਚ ਕੰਮ ਕਰਦੇ ਹੁੰਦੇ ਆ। ਸਾਡੇ ਲਈ ਸਭ ਤੋਂ ਵੱਡਾ ਵਿਗਿਆਨੀ ਉਹੀ ਹੁੰਦਾ, ਉਹਦੇ ਤਜਰਬੇ ਸਾਡੇ ਲਈ ਬਹੁਤ ਲਾਹੇਵੰਦ ਵੀ ਹੁੰਦੇ। ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਸਾਡੇ ਕਿਸਾਨ ਵੀਰ ਬਹੁਤ ਵਧੀਆ ਫਾਰਮ ਚਲਾ ਰਹੇ ਆ, ਉਹਨਾਂ ਨੂੰ ਸਨਮਾਨਿਤ ਕਰਨਾ ਸਾਡੇ ਲਈ ਇੱਕ ਆਪਦੇ ਲਈ ਸਨਮਾਨ ਵਾਲੀ ਗੱਲ ਹੁੰਦੀ ਹੈ। ਅਤੇ ਦਿੰਦੇ ਅਸੀਂ ਇਸ ਕਰਕੇ ਹਾਂ ਕਿ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਵੀ ਆਪਦੇ ਨਵੇਂ ਫਾਰਮ ਖੋਲ੍ਹਣ ਅਤੇ ਇਸ ਪਾਸੇ ਨੂੰ। ਇਹ ਮੇਲਾ ਪਸ਼ੂ ਪਾਲਣ ਮੇਲਾ 14 ਅਤੇ 15 ਮਾਰਚ ਨੂੰ ਐਤਕਾਰ ਲੱਗਦੇ ਹਨ। ਅਸੀਂ ਇਹਦੇ ਵਿੱਚ 4 ਤਰ੍ਹਾਂ ਜਿਹੜੇ CM ਅਵਾਰਡ ਦੇਵਾਂਗੇ, ਇੱਕ ਜਿਹੜਾ ਬਹੁਤ ਵਧੀਆ ਮੱਝ ਪਾਲਕ ਜੋ ਫੈਲੋ ਫਾਰਮਿੰਗ ਕਰਦਾ ਹੋਊਗਾ ਉਹਨਾਂ ਨੂੰ ਦੇਵਾਂਗੇ, ਫਿਸ਼ ਫਾਰਮਰ ਨੂੰ ਦੇਵਾਂਗੇ, ਡਿਗਰੀ ਵਾਲੇ ਆ ਜਿਹੜੇ ਆਪਣੇ ਸੂਰ ਪਾਲਕ ਹੈ ਇੱਕ ਉਹਨਾਂ ਨੂੰ ਦੇਵਾਂਗੇ, ਇੱਕ ਅਸੀਂ ਬੱਕਰੀ ਪਾਲਕ ਨੂੰ ਦੇਵਾਂਗੇ। ਐਤਕਾਰ ਅਸੀਂ 4 ਦੇਵਾਂਗੇ, 3 ਫਿਰ ਅਸੀਂ ਸੈਪਟੈਂਬਰ ਵਾਲਾ ਜਿਹੜਾ ਸਾਡਾ ਪਸ਼ੂ ਪਾਲਣ ਮੇਲਾ ਉਹਦੇ ਵਿੱਚ। ਇਹਦੇ ਵਿੱਚ ਅਸੀਂ ਇੱਕ ਸਰਟੀਫਿਕੇਟ ਦਿੰਦੇ ਹਾਂ, ਇੱਕ ਸ਼ੀਲਡ ਦਿੰਦੇ ਹਾਂ, ਅਤੇ ਕੁਛ ਅਸੀਂ ਕੈਸ਼ ਪ੍ਰਾਈਜ਼। ਜਿੱਦਾਂ ਜਿਹੜਾ ਸਾਡਾ ਸਭ ਤੋਂ ਵਧੀਆ ਇਨੋਵੇਟਿਵ ਮੱਝ ਪਾਲਕ ਹੋਊਗਾ ਉਹਨੂੰ ਅਸੀਂ 21,000 ਦਾ ਦੇਵਾਂਗੇ, ਜਿਹੜਾ ਮੱਛੀ ਪਾਲਣ ਵਾਲਾ ਉਹਨੂੰ 11,000 ਕੈਸ਼ ਅਵਾਰਡ ਹੋਏਗਾ, ਅਤੇ ਦੂਜੇ ਡਿਗਰੀ ਵਾਲੇ ਅਤੇ ਗੋਟਰੀ ਵਾਲੇ ਉਹਨਾਂ ਨੂੰ 51,500। ਪਰ ਇਹ ਤੋਂ ਵੀ ਵੱਧ ਕੈਸ਼ ਨਾਲੋਂ ਇਹ ਹੁੰਦਾ ਕਿ ਅਸੀਂ ਉਹਨਾਂ ਨੂੰ ਇੱਥੇ ਸਨਮਾਨਿਤ ਕਰਦੇ ਹਾਂ ਭਰੇ, ਜਦੋਂ ਸਾਡੇ ਬਾਕੀ ਦੇ ਵੀ ਕਿਸਾਨ ਵੀਰ ਲੱਖਾਂ ਦੀ ਗਿਣਤੀ 'ਚ ਉਹਨਾਂ ਨੂੰ ਦੇਖ ਰਹੇ। ਇਹਦੇ ਲਈ ਅਸੀਂ ਇੱਕ ਫਾਰਮ ਬਣਾਇਆ ਹੋਇਆ ਜਿਹਨੂੰ ਕਿਸਾਨ ਵੀਰਾਂ ਨੇ ਸਾਨੂੰ ਭਰ ਕੇ ਦੇਣਾ ਹੁੰਦਾ, ਉਹ ਫਾਰਮ ਸਾਡੇ ਇੱਥੇ ਯੂਨੀਵਰਸਿਟੀ 'ਚ ਅਵੇਲੇਬਲ ਹੈ, ਸਾਡੇ ਡਾਇਰੈਕਟੋਰੇਟ 'ਚ ਅਵੇਲੇਬਲ ਹੈ, ਸਾਡਾ ਜਿਹੜਾ ਫਾਰਮਰ ਇਨਫੋਰਮੇਸ਼ਨ ਸੈਂਟਰ
ਉੱਥੇ ਅਵੇਲੇਬਲ ਹੈ ਸਾਡੇ KVK ਅਤੇ ਜਿਹੜੇ ਖੇਤਰੀ ਖੋਜ ਕੇਂਦਰ ਹੈ ਉਹਨਾਂ ਸਾਰਿਆਂ 'ਤੇ ਵੀ। ਇਸ ਤੋਂ ਬਿਨਾਂ ਜਿਹੜੀ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਹੈ ਉਹਦੇ 'ਤੇ ਵੀ ਇਹ ਅਵੇਲੇਬਲ ਹੈ। ਸਾਡੀ ਫੇਸਬੁੱਕ ਹੈ, ਫੇਸਬੁੱਕ ਪੇਜ 'ਤੇ ਵੀ ਇੱਕ ਲਿੰਕ ਦਿੱਤਾ ਹੋਇਆ, ਉਹਨੂੰ ਟੱਚ ਕਰਕੇ ਇਹ ਡਾਊਨਲੋਡ ਹੋ ਸਕਦਾ। ਕਿਸਾਨ ਵੀਰ ਇਹਨਾਂ ਨੂੰ ਭਰ ਲੈਣ, ਭਰ ਕੇ ਥੋੜ੍ਹੀ ਜਿਹੀ ਇਹਦੇ ਨਾਲ ਫੀਸ ਹੈ, ਜਿੱਦਾਂ ਜਿਨ੍ਹਾਂ ਨੇ ਮੱਝ ਦੇ ਪੁਰਸਕਾਰ ਜਿਹੜੀ ਬਫੈਲੋ ਫਾਰਮਿੰਗ ਵਿੱਚ ਅਪਲਾਈ ਕਰਨਾ ਉਹਨਾਂ ਦੀ 1000 ਰੁਪਈਆ ਫੀਸ ਹੈ ਅਤੇ ਬਾਕੀਆਂ ਦੀ 500-500 ਰੁਪਈਆ ਫੀਸ ਹੈ, ਨਾਲ ਆਪਣਾ ਆਧਾਰ ਕਾਰਡ ਅਤੇ ਫੋਟੋ ਲਾਉਣੀ। ਸਾਡੀ ਇੱਕ ਟੀਮ ਜ਼ਰੂਰ ਜਾਂਦੀ ਹੈ ਸ਼ੋਰਟ ਲਿਸਟ, ਜਦੋਂ ਅਸੀਂ ਫਾਰਮਰਾਂ ਨੂੰ ਕਰ ਲੈਂਦੇ ਹਾਂ, ਉਹਨਾਂ ਨੇ ਜਾ ਕੇ ਉੱਥੇ ਪਸ਼ੂਆਂ ਦਾ ਰੱਖ ਰਖਾਵ ਦੇਖਣਾ, ਫਾਰਮ ਕਿੱਡਾ ਕੁ ਵੱਡਾ, ਫਾਰਮ ਦੇ ਵਿੱਚ ਖੁਰਾਕ ਦੇ ਕੀ ਪ੍ਰਬੰਧ, ਅਤੇ ਸਾਰਾ ਸਾਲ ਪਸ਼ੂਆਂ ਨੂੰ ਖੁਰਾਕ ਮਿਲਦੀ ਰਹਿੰਦੀ ਹੈ, ਇਸ ਤੋਂ ਬਿਨਾਂ ਬਿਮਾਰੀ ਤੋਂ ਬਚਣ ਲਈ ਕਿਹੋ ਜਿਹੇ ਪ੍ਰਬੰਧ ਕੀਤੇ ਆ। ਜਿਵੇਂ ਕਿ LSD ਆ ਗਈ ਸੀ ਕੁਛ ਫਾਰਮਾਂ 'ਤੇ, ਨਹੀਂ ਆਈ ਜਿਨ੍ਹਾਂ ਦੀ ਬਾਇਓ ਸਕਿਉਰਿਟੀ ਬਹੁਤ ਵਧੀਆ ਸੀ, ਉਹਨਾਂ ਬਾਰੇ ਫਿਰ ਜਿੰਨੇ ਪਸ਼ੂ ਆ ਉਹ ਉੱਥੇ ਕਿੰਨੇ ਕੰਫਰਟ 'ਚ ਹੈਗੇ ਆ, ਉਹਨਾਂ ਦਾ ਰੱਖ ਰਖਾਵ ਕਿੰਨਾ ਕੁ ਸੋਹਣਾ, ਉਹ ਚੀਜ਼ ਦੇਖਣੀ ਹੁੰਦੀ ਹੈ। ਬਾਕੀ ਵੇਸਟ ਦਾ ਉਹ ਕੀ ਕਰਦੇ, ਜਿੱਦਾਂ ਗੋਹਾ ਆਉਂਦਾ, ਹੋਰ ਚੀਜ਼ਾਂ ਆਉਂਦੀਆਂ, ਇਹਨਾਂ ਦਾ ਕਿਵੇਂ ਉਹ ਇਹਨੂੰ ਮੈਨੇਜ ਕਰ ਰਹੇ, ਉਹ ਇਹੋ ਜਿਹੀਆਂ ਪ੍ਰਮੁੱਖ ਚੀਜ਼ਾਂ ਜਿਨ੍ਹਾਂ ਦੇ ਬੇਸ 'ਤੇ ਅਸੀਂ ਇੱਕ ਫਾਰਮਰ ਨੂੰ ਚੁਣਦੇ। ਇਕੱਤੀ ਜਨਵਰੀ ਦੀ ਲਾਸਟ ਡੇਟ ਹੈ ਜੀ, 31 ਜਨਵਰੀ ਤੱਕ ਆ ਕੇ ਇਹ ਸਾਡੇ ਕੋਲ ਫਾਰਮ ਭਰ ਕੇ ਸਾਨੂੰ ਦੇ ਸਕਦੇ ਆ। ਉਸ ਤੋਂ ਪਿੱਛੋਂ ਅਸੀਂ ਸ਼ੋਰਟ ਲਿਸਟ ਕਰਾਂਗੇ ਅਤੇ ਫਿਰ ਕਿਸਾਨ ਵੀਰਾਂ ਕੋਲ ਜਾਵਾਂਗੇ, ਉਹਨਾਂ ਨੂੰ ਪੂਰਾ ਸਾਡਾ ਕਿਸਾਨ ਮੇਲਾ ਆਊਗਾ, ਪਸ਼ੂ ਪਾਲਣ ਮੇਲੇ ਦੀ ਸਟੇਜ ਬਿਲਕੁਲ। ਇਸੇ ਕਰਕੇ ਅਸੀਂ ਕਿਸਾਨ ਵੀਰਾਂ ਨੂੰ ਸਨਮਾਨਿਤ ਕਰਦੇ ਹਾਂ ਤਾਂ ਜੋ ਬਾਕੀ ਦੇ ਉਹਨਾਂ ਤੋਂ ਸੇਧ ਲੈ ਸਕਣ ਅਤੇ ਆਪਦਾ ਮੁਨਾਫਾ ਆਪਦੇ ਫਾਰਮਾਂ 'ਚੋਂ ਕਮਾ ਸਕਣ, ਉਹਨਾਂ ਨੂੰ ਦੇਖ ਕੇ ਉਹ ਕਿਸ ਤਰ੍ਹਾਂ ਆਪਣੇ। ਕਿਸਾਨ ਵੀਰ ਸਾਡੇ ਨਾਲ ਜੁੜੇ ਰਹਿਣ, ਅਪੀਲ ਤਾਂ ਇਹ ਕਰਦਾ ਕਿ ਜਿੰਨੇ ਵੀ ਕਿਸਾਨ ਵੀਰ ਸਕਸੈਸਫੁੱਲ ਹੈ, ਜੇ ਆਪਾਂ ਆਲ ਓਵਰ ਇੰਡੀਆ ਜਾਂ ਆਲ ਓਵਰ ਵਰਲਡ ਵੀ ਲਈਏ, ਤਾਂ ਕਿਸੇ ਨਾ ਕਿਸੇ ਇੰਸਟੀਟਿਊਸ਼ਨ ਨਾਲ, ਕਿਸੇ ਨਾ ਕਿਸੇ ਯੂਨੀਵਰਸਿਟੀ ਨਾਲ ਜਾਂ ਕਿਸੇ ਨਾ ਕਿਸੇ ਹੋਰ ਸੰਸਥਾ ਨਾਲ ਜ਼ਰੂਰ ਜੁੜੇ ਹੋਏ ਹੁੰਦੇ। ਅਤੇ ਸਾਡੇ ਕਿਸਾਨ ਵੀਰ ਆ ਜਿਹੜੇ, ਉਹ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ 3 ਜ਼ਿਲ੍ਹਿਆਂ 'ਚ, ਬਰਨਾਲਾ, ਮੋਹਾਲੀ, ਤਰਨ ਤਾਰਨ, ਖੇਤਰੀ ਖੋਜ ਕੇਂਦਰ ਹੁਸ਼ਿਆਰਪੁਰ 'ਚ ਅਤੇ ਕਾਲਚਰਾਣੀ, ਜਾਂ ਸਾਡੀ ਜਿਹੜੀ ਯੂਨੀਵਰਸਿਟੀ ਦਾ ਲੁਧਿਆਣੇ ਦਾ ਸੈਂਟਰ ਹੈ, ਇੱਕ ਸਾਡਾ ਰਾਮਪੁਰੇ ਕਾਲਜ ਹੈ, ਇਹਨਾਂ ਨਾਲ ਜੁੜਨ, ਇੱਥੋਂ ਸੇਧ ਲੈ ਕੇ ਵਿਗਿਆਨਕ ਸੋਚਾਂ ਨਾਲ, ਵਿਗਿਆਨਕ ਢੰਗਾਂ ਨਾਲ ਆਪਣਾ ਪਸ਼ੂ ਪਾਲਣ ਦਾ।